ਵੈਰੀ ਗੁੱਡ ਮਾਰਨਿੰਗ। ਸ਼ਾਮੀ ਤਿਆਰ ਹੋ ਜਾਓ। ਅੱਛਾ ਆਪਾਂ ਦੁਬਈ ਬਾਜ਼ਾਰ ਜਾਣਾ। ਅੱਛਾ ਨਾਲ ਉਸ ਦਾ ਟਿਕਟ ਵਧੀਆ ਮਿਲ ਜਾਣਾ। ਦੇਖਿਆ ਤੁਸੀਂ ਜਿਹੜੇ ਚ ਲੱਗਾ ਕੀ ਚਲੋ ਠੀਕ ਆ ਫਿਰ ਬਾਏ ਬਾਏ ਬਾਅਦ ਚ ਮਿਲਦੇ ਆ ਠੀਕ ਆ। ਬਾਏ ਬਾਏ ਕਰ ਦੋ। ਬਾਏ ਬਾਏ ਕਰ। ਬਾਏ ਬਾਏ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ। ਸੋ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਘੜਾ ਰੱਖਿਆ ਹੋਇਆ ਆ। ਮੈਂ ਲਾਸਟ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਕਾਲੀਆਂ ਗਾਜਰਾਂ ਦੀ ਜਿਹੜੀ ਕਾਂਜੀ ਸੀਗੀ ਉਹ ਪਾਈ ਸੀਗੀ, ਅਤੇ ਇਹਨੂੰ ਹੁਣ 2 ਦਿਨ ਜਿਹੜੀ ਧੁੱਪ ਲਵਾ ਲਈ ਆ ਅਤੇ ਜਿਹੜੀ ਕਾਂਜੀ ਆ ਉਹ ਤਿਆਰ ਹੋ ਗਈ ਆ। ਸੋ ਅੱਜ ਜਿਹੜਾ ਆ ਇਹਨੂੰ ਮੈਂ ਟੇਸਟ ਕਰਨਾ ਆ। ਕਾਲੀ ਗਾਜਰ ਦੀ ਜਿਹੜੀ ਕਾਂਜੀ ਹੁੰਦੀ ਆ ਨਾ ਇਹ ਬਹੁਤ ਹੀ ਵਧੀਆ ਹੁੰਦੀ ਆ, ਠੰਡੀ ਹੁੰਦੀ ਆ, ਇਹਦੀ ਤਸੀਰ ਠੰਡੀ ਹੁੰਦੀ ਆ ਅਤੇ ਇਹ ਹਾਜ਼ਮੇ ਵਾਸਤੇ ਵਧੀਆ ਹੁੰਦੀ ਆ। ਜ਼ਿਆਦਾਤਰ ਫੈਬਰੀ ਦੇ ਮਹੀਨੇ ਵਿੱਚ ਜਿਹੜੀ ਇਹ ਮਿਲਦੀ ਆ, ਅੰਮ੍ਰਿਤਸਰ ਵਿੱਚ ਤਾਂ ਆਮ ਮਿਲ ਜਾਂਦੀ ਆ। ਬਹੁਤ ਸਾਰੇ ਘਰਾਂ ਵਿੱਚ ਜਿਹੜੀ ਆ ਗਾਜਰਾਂ ਦੀ ਕਾਂਜੀ ਜਿਹੜੀ ਪਾਈ ਜਾਂਦੀ ਆ, ਸਾਰੇ ਪਾਉਂਦੇ ਆ। ਅਤੇ ਇਹ ਜਿਹੜੀ ਕਾਂਜੀ ਹੈ ਜਾਂ ਤਾਂ ਮਿੱਟੀ ਦੇ ਭਾਂਡੇ ਵਿੱਚ ਪਾਈ ਦੀ ਆ ਜਾਂ ਕੱਚ ਦੇ ਭਾਂਡੇ ਵਿੱਚ ਪਾਈ ਦੀ ਆ। ਅਗਰ ਨਹੀਂ ਹੈਗਾ ਪਲਾਸਟਿਕ ਦੇ ਵਿੱਚ ਵੀ ਪਾ ਸਕਦੇ ਹੋ, ਬਟ ਜ਼ਿਆਦਾ ਬੈਸਟ ਇਹੀ ਆ ਜਾਂ ਮਿੱਟੀ ਦੇ ਭਾਂਡੇ ਵਿੱਚ ਪਾਓ ਜਾਂ ਫਿਰ ਜਿਹੜਾ ਉਹ ਕੱਚ ਦੇ ਭਾਂਡੇ ਵਿੱਚ ਪਾਓ। ਸੋ ਮੇਰੀ ਜਿਹੜੀ ਕਾਂਜੀ ਸੀਗੀ ਉਹ ਤਿਆਰ ਹੋ ਗਈ ਸੀਗੀ ਅਤੇ ਮੇਰੇ ਕੋਲ ਨਾ ਗਲਾਸ ਵਿੱਚ ਗਾਜਰਾਂ ਜਿਹੜੀਆਂ ਜ਼ਿਆਦਾ ਪੈ ਗਈਆਂ, ਜਿਹੜੀਆਂ ਗਾਜਰਾਂ ਖਾਣ ਵਿੱਚ ਬਹੁਤ ਟੇਸਟੀ ਹੁੰਦੀਆਂ ਅਤੇ ਕਾਂਜੀ ਵੀ ਜਿਹੜੀ ਆ ਬਹੁਤ ਟੇਸਟੀ ਹੁੰਦੀ ਆ। ਐਕਚੁਲੀ ਇਹ ਇੱਕ ਤਰ੍ਹਾਂ ਦਾ ਡੀਟੋਕਸ ਵਾਟਰ ਆ, ਕਿਉਂਕਿ ਸਰਦੀਆਂ ਲੰਘ ਕੇ ਜਾਂਦੀਆਂ, ਦਸੰਬਰ ਅਤੇ ਜਨਵਰੀ ਦਾ ਮਹੀਨਾ ਜਿਹੜਾ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਆ ਅਤੇ ਅਸੀਂ ਗਰਮ ਚੀਜ਼ਾਂ ਖਾਂਦੇ ਹਾਂ ਨਾ। ਸੋ ਸਾਡਾ ਉਸ ਤੋਂ ਬਾਅਦ ਜਿਹੜਾ ਆ ਗਰਮ ਠੰਡੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਆ। ਅਤੇ ਜਿਹੜੀ ਇਹ ਵਾਲੀ ਕਾਂਜੀ ਹੁੰਦੀ ਆ ਇੱਕ ਤਾਂ ਸਾਡੇ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਆ ਅਤੇ ਨਾਲ ਹੀ ਇੱਕ ਬੈਸਟ ਡੀਟੋਕਸ ਵਾਟਰ ਆ। ਸੋ ਇਸ ਦੇ ਨਾਲ ਹੀ ਅੱਜ ਮੈਂ ਤੁਹਾਡੇ ਨਾਲ ਇੱਕ ਜਿਹੜੀ ਮੈਡੀਸਿਨ ਸ਼ੇਅਰ ਕਰਨ ਲੱਗੀ ਆ। ਸਭ ਤੋਂ ਪਹਿਲਾਂ ਜਿਹੜੇ ਮੈਂ ਇਨਗਰੀਡੀਐਂਟ ਜਿਹੜੇ ਉਹ ਸ਼ੇਅਰ ਕਰ ਦਿੰਦੀ ਹਾਂ। ਇਹ ਆ ਦੁਸ਼ਾਂਦਾ, ਇਹ ਜਿਹੜਾ ਦੁਸ਼ਾਂਦਾ ਆ ਇਹ ਡੱਬੀ ਵਾਲਾ ਨਹੀਂ ਆ, ਮਤਲਬ ਕਿ ਬਣਿਆ ਬਣਾਇਆ ਨਹੀਂ ਆ, ਇਹ ਬਣਵਾ ਕੇ ਲਿਆਂਦਾ ਆ। ਅਤੇ ਇਹਦੇ ਵਿੱਚ ਮੰਮੀ ਨੇ ਪਾਈਆਂ ਆ 4-5 ਹਰੀਆਂ ਇਲਾਚੀਆਂ, 2 ਛੁਹਾਰੇ ਅਤੇ 1 ਮੁਲੱਠੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਕੋਈ 10 ਤੋਂ 11-12 ਘੰਟੇ ਵਾਸਤੇ ਜਿਹੜਾ ਭਿਉਂ ਕੇ ਰੱਖ ਦੇਣਾ ਆ। ਫਿਰ ਉਸ ਤੋਂ ਬਾਅਦ ਜਿਹੜਾ ਆ ਇਸ ਨੂੰ ਉਬਾਲ ਲੈਣਾ ਆ। ਅਗਰ ਤੁਸੀਂ ਇਹਦੇ ਵਿੱਚ ਗਲਾਸ ਪਾਣੀ ਦਾ ਪਾਇਆ ਆ ਤਾਂ ਜਿਹੜਾ ਪਾਣੀ ਆ ਉਹ ਅੱਧਾ ਰਹਿ ਜਾਣਾ ਚਾਹੀਦਾ, ਅਗਰ 2 ਗਲਾਸ ਪਾਇਆ ਤਾਂ 1 ਗਲਾਸ ਜਿਹੜਾ ਆ ਉਹ ਪਾਣੀ ਰਹਿ ਜਾਣਾ ਚਾਹੀਦਾ ਆ। ਇਹ ਜਿਹੜੀ ਮੈਡੀਸਿਨ ਆ ਇਹ ਬੱਚਿਆਂ ਵਾਸਤੇ ਵੀ ਆ, ਵੱਡਿਆਂ ਵਾਸਤੇ ਵੀ ਆ, ਜਿਨ੍ਹਾਂ ਨੂੰ ਕਿ ਰੇਸ਼ਾ ਬਹੁਤ ਜ਼ਿਆਦਾ ਹੁੰਦਾ ਆ, ਬਹੁਤ ਜ਼ਿਆਦਾ ਕੋਲਡ ਹੁੰਦਾ ਆ, ਉਹਨਾਂ ਵਾਸਤੇ। ਅਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਹਨੂੰ ਜਿਹੜਾ ਆ ਗੈਸ ਤੋਂ ਥੱਲੇ ਉਤਾਰ ਲੈਣਾ ਆ ਅਤੇ ਇਹਨੂੰ ਠੰਡਾ ਕਰ ਲੈਣਾ ਆ। ਠੰਡਾ ਕਰਕੇ ਫਿਰ ਇਹਨੂੰ ਛਾਣ ਲੈਣਾ ਆ, ਛਾਣ ਕੇ ਅਤੇ ਫਿਰ ਇਹਦੀ ਜਿਹੜੀ ਆ ਉਹ ਮੈਡੀਸਿਨ ਬਣਾਉਣੀ ਆ। ਇਹ ਮੈਂ ਜਿਹੜੀ ਮੈਡੀਸਿਨ ਆ ਮੇਰੇ ਮੰਮੀ ਜਿਹੜੇ ਮੇਰੇ ਪਵਨ ਵਾਸਤੇ ਬਣਾ ਰਹੇ, ਮੇਰੇ ਛੋਟੇ ਬੇਟੇ ਵਾਸਤੇ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਕੋਲਡ ਹੁੰਦਾ ਸੀਗਾ ਅਤੇ ਮੈਂ ਡਾਕਟਰ ਨੂੰ ਦਿਖਾਇਆ ਸੀ ਤਾਂ ਉਹ ਕਹਿੰਦੇ ਇਹਨੂੰ ਸਾਈਨਸ ਦੀ ਪ੍ਰੋਬਲਮ ਆ। ਅਤੇ ਫਿਰ ਮੈਨੂੰ ਯਾਦ ਆਇਆ ਕਿ ਮੇਰੇ ਮੰਮੀ ਜਿਹੜੇ ਆ ਉਹ ਇਸ ਵਾਸਤੇ ਇੱਕ ਮੈਡੀਸਿਨ ਬਣਾਉਂਦੇ ਹੁੰਦੇ ਆ। ਸੋ ਮੰਮੀ ਨੂੰ ਮੈਂ ਕਿਹਾ ਕਿ ਤੁਸੀਂ ਮੈਡੀਸਿਨ ਬਣਾ ਦਿਓ। ਸੋ ਜਿਹੜਾ ਇਹ ਮੈਨੂੰ ਸਾਰੇ ਨੂੰ ਜਿਹੜਾ ਛਾਣ ਲਿਆ ਆ, ਹੁਣ ਮੰਮੀ ਨੇ ਇਹਨੂੰ ਗੈਸ ਦੇ ਉੱਤੇ ਰੱਖ ਦਿੱਤਾ ਆ ਅਤੇ ਇਹਦੇ ਵਿੱਚ ਪਾ ਦੇਣੀ ਆ ਚੀਨੀ, 2 ਚਮਚ ਜਿਹੜੇ ਚੀਨੀ ਦੇ ਪਾ ਦਿੱਤੇ ਆ, 1 ਗਲਾਸ ਪਾਣੀ ਹੋਣਾ ਆ ਅਤੇ 2 ਚਮਚ ਜਿਹੜੇ ਚੀਨੀ ਦੇ ਪਾ ਦਿੱਤੇ ਆ ਅਤੇ ਇਹਨੂੰ ਜਿਹੜਾ ਆ ਉਬਾਲ ਲੈਣਾ ਆ। ਇਹਦੀ ਨਾ 1 ਤਾਰ ਦੀ ਜਿਵੇਂ ਆਪਾਂ ਚਾਸ਼ਨੀ ਬਣਾਉਂਦੇ ਹਾਂ ਨਾ, ਉਵੇਂ ਇਹਦੀ 1 ਤਾਰ ਦੀ ਜਿਹੜੀ ਆ ਉਹ ਚਾਸ਼ਨੀ ਬਣਨੀ ਚਾਹੀਦੀ ਆ।
ਜਦੋਂ ਇੱਕ ਤਾਰ ਦੀ ਚਾਸ਼ਨੀ ਬਣ ਜਾਵੇ ਤਾਂ ਫਿਰ ਇਹਨੂੰ ਥੱਲੇ ਉਤਾਰ ਲੈਣਾ ਆ ਅਤੇ ਇਹਨੂੰ ਠੰਡਾ ਕਰ ਲੈਣਾ ਆ। ਮੰਮੀ ਨੇ ਪਹਿਲਾਂ ਵੀ ਜਿਹੜੀ ਇਹ ਵਾਲੀ ਮੈਡੀਸਿਨ ਬਣਾ ਕੇ ਰੱਖੀ ਹੋਈ ਸੀਗੀ, ਪਰ ਉਹ ਮੰਮੀ ਘਰ ਦੇ ਵਿੱਚ ਬੱਚਿਆਂ ਨੂੰ ਦਿੰਦੇ ਆ, ਇਸ ਕਰਕੇ ਉਹਨਾਂ ਨੇ ਪਵਨ ਵਾਸਤੇ ਜਿਹੜੀ ਆ ਵੱਖਰੀ ਬਣਾ ਦਿੱਤੀ। ਇਹ ਵਾਲੀ ਮੈਡੀਸਿਨ ਪਹਿਲਾਂ ਦੀ ਬਣੀ ਹੋਈ ਆ ਅਤੇ ਫਿਰ ਮੰਮੀ ਨੇ ਪਵਨ ਨੂੰ ਵੀ ਬਣਾ ਕੇ ਇੱਕ ਬੋਟਲ ਵਿੱਚ ਪਾ ਕੇ ਮੈਨੂੰ ਦੇ ਦਿੱਤੀ। ਬਹੁਤ ਹੀ ਵਧੀਆ ਆ। ਪਵਨ ਦੀ ਜਿਹੜੀ ਪ੍ਰੋਬਲਮ ਸੀਗੀ ਬਹੁਤ ਵੱਧ ਗਈ ਸੀ, ਉਹਦੀ ਆਈਜ਼ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਪਾਣੀ ਵਗਣ ਲੱਗ ਗਿਆ ਸੀਗਾ, ਰੈਡਨੈਸ ਆ ਗਈ ਸੀਗੀ, ਅਤੇ ਮੈਂ ਉਹਦੀ ਉਹਨੂੰ ਬਹੁਤ ਸਾਰੇ ਡਾਕਟਰ ਕੋਲ ਮੈਡੀਸਿਨ ਜਿਹੜੀ ਖਵਾਈ ਸੀਗੀ ਬਹੁਤ ਜ਼ਿਆਦਾ। 4-5 ਸਾਲ ਹੋ ਗਏ ਆ ਮੈਨੂੰ ਉਹਦੀ ਮੈਡੀਸਿਨ ਲੈਂਦਿਆਂ ਨੂੰ, ਉਹਨੂੰ ਮਤਲਬ ਕਿ ਡਾਕਟਰ ਨੇ ਇਨਹੇਲਰ ਵੀ ਦਿੱਤਾ ਸੀਗਾ, ਬਟ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ। ਜਦੋਂ ਸੀਜ਼ਨ ਚੇਂਜ ਹੁੰਦਾ ਸੀਗਾ ਉਦੋਂ ਹੀ ਉਹਨੂੰ ਜਿਹੜਾ ਇਹ ਨੁਕਸ ਪੈ ਜਾਂਦਾ ਸੀਗਾ। ਸੋ ਹੁਣ ਮੈਂ ਉਹਦੀਆਂ ਆਈਜ਼ ਵੀ ਚੈੱਕ ਕਰਵਾਈਆਂ ਆ, ਡਾਕਟਰ ਨੇ ਵੀ ਇਹੀ ਬੋਲਿਆ ਕਿ ਉਹਨੂੰ ਅਲਰਜੀ ਆ, ਰੇਸ਼ੇ ਦੇ ਨਾਲ ਹੀ ਅਲਰਜੀ ਆ। ਸੋ ਅੱਜ ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਮੈਡੀਸਿਨ ਬਣਾ ਕੇ ਦੇ ਦਿਓ, ਅਤੇ ਮੰਮੀ ਨੇ ਮੈਨੂੰ ਮੈਡੀਸਿਨ ਬਣਾ ਕੇ ਦੇ ਦਿੱਤੀ ਆ, ਅਤੇ ਮੈਂ ਪਵਨ ਨੂੰ ਜਿਹੜਾ ਆ ਰੋਜ਼ ਸਵੇਰੇ ਸ਼ਾਮ ਦਿੰਦੀ ਹਾਂ। ਇਹ ਸੀ ਮੇਰੀ ਅੱਜ ਦੀ ਵੀਡੀਓ, ਅਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਊਗੀ। ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ, ਅਤੇ ਸ਼ੇਅਰ ਵੀ ਕਰਿਆ ਕਰੋ, ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫੋਰ ਵਾਚਿੰਗ।